ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਦੇ ਵੱਲੋਂ ਵਿਦੇਸ਼ ਮੰਤਰੀ ਐਸ਼ੇ ਸ਼ੰਕਰ ਦੀ ਪ੍ਰੈਸ ਕਾਨਫਰੰਸ ਦੇ ਪ੍ਰਸਾਰਣ ਦੇ ਕੁਝ ਘੰਟਿਆਂ ਬਾਅਦ ਇੱਕ ਆਸਟ੍ਰੇਲੀਆਈ ਚੈਨਲ ਉੱਤੇ ਪਾਬੰਦੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਦਰਅਸਲ ਵਿਦੇਸ਼ ਮੰਤਰੀ ਐਸ਼ੇ ਸ਼ੰਕਰ ਨੇ ਇੱਕ ਆਸਟ੍ਰੇਲੀਆਈ ਚੈਨਲ ਉੱਤੇ ਭਾਰਤ ਕੈਨੇਡਾ ਡਿਪਲੋਮੈਟਿਕ ਡੈਡਲੋਕ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਉਹ ਕੈਨੇਡਾ ਦੇ ਆਊਟਲੈਟ ਉੱਤੇ ਪਾਬੰਦੀ ਲਗਾਉਣ ਦੇ ਕਦਮ ਤੋਂ ਹੈਰਾਨ ਨੇ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਕੈਨੇਡਾ ਦੇ ਪਖੰਡ ਨੂੰ ਨੰਗਾ ਕਰਦਾ ਹੈ ਜਿਸ ਤੋਂ ਬਾਅਦ ਆਸਟ੍ਰੇਲੀਆਈ ਚੈਨਲ ਨੇ ਕੈਨਬਰਾ ਦੇ ਵਿੱਚ ਜੈਸ਼ੰਕਰ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਮੋਂਗ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦਾ ਪ੍ਰਸਾਰਣ ਕਰ ਦਿੱਤਾ ਜਿਸ ਨੂੰ ਵੇਖ ਕੈਨੇਡਾ ਸਰਕਾਰ ਨੇ ਆਸਟ੍ਰੇਲੀਆਈ ਚੈਨਲ ਉੱਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਉੱਤੇ ਹੁਣ ਵਿਦੇਸ਼ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ ਅਤੇ ਕਿਹਾ ਹੈ ਕਿ ਮੀਡੀਆ ਬ੍ਰੀਫਿੰਗ ਦੌਰਾਨ ਉਹਨਾਂ ਕੈਨੇਡਾ ਵੱਲੋਂ ਆਸਟ੍ਰੇਲੀਆਈ ਚੈਨਲ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਬਲੌਕ ਕਰ ਦਿੱਤਾ ਗਿਆ ਜਿਸ ਕਾਰਨ ਉਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਬਹੁਤ ਹੀ ਉਹਨਾਂ ਨੂੰ ਅਜੀਬ ਵੀ ਲੱਗੀ ਹੈ ਇਹਨਾਂ ਹੀ ਨਹੀਂ ਜੈਸਵਾਲ ਨੇ ਕਿਹਾ ਫਿਰ ਵੀ ਮੈਂ ਇਹ ਕਹਾਂਗਾ ਕਿ ਇਹ ਕਾਰਵਾਈ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਪਾਖੰਡ ਦਾ ਪਰਦਾਫਾਸ਼ ਕਰਦੀਆਂ ਨੇ ਯੈਸ ਯੂ ਵੁਡ ਹੈਵ ਸੀਨ ਦੀ ਮੈਸੇਜ ਪੋਸਟਡ ਬਾਈ ਆਰ ਕੌਂਸਲੇਟ ਇਨ ਟੋਰਾਂਟੋ ਦੈਟ ਦੇ ਹੈਵ ਹੈਡ ਟੂ ਕੈਂਸਲ ਦੀ ਕੌਂਸਲਰ ਕੈਂਪ ਦੈਟ ਦੇ ਵਰ ਪਲਾਨਿੰਗ ਟੂ ਆਰਗਨਾਈਜ਼ ਓਵਰ ਦ ਵੀਕਐਂਡ ਬਿਕੋਜ਼ ਦੇ ਡਿਡ ਨਾਟ ਗੈਟ adequate security or security assurance from the host government. So that was the reason why these consular camps have been cancelled. As you know, we have a large diaspora in Canada. Many of these people, especially around the month of November, December, they need several documentation for continuation of their pensions and several other activities here in India. So this consular camp that we do is helpful to the community, to both people of Indian nationality and people of who are of Indian origin but Canadian nationals today. So that is the reason why the consular camps have had to be cancelled. But I do understand that in other parts of Canada, Vancouver for example, the consular camps will be conducted. These consular camps are conducted at the request of the community organizations. So where the community organization is comfortable, we'll go ahead with these consular camps. ਜ਼ਿਕਰਯੋਗ ਹੈ ਕਿ ਰਣਧੀਰ ਜੈਸਵਾਲ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੇ ਆਸਟ੍ਰੇਲੀਆਈ ਚੈਨਲ ਨੂੰ ਇਸ ਲਈ ਬੈਨ ਕੀਤਾ ਗਿਆ ਹੈ ਕਿਉਂਕਿ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿਡਨੀ ਦੇ ਵਿੱਚ ਆਪਣੇ ਮੀਡੀਆ ਪ੍ਰੋਗਰਾਮ ਦੇ ਵਿੱਚ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਸੀ ਪਹਿਲੀ ਗੱਲ ਸੀ ਕਿ ਕੈਨੇਡਾ ਨੇ ਦੋਸ਼ ਲਾਏ ਅਤੇ ਇਹਨਾਂ ਬਿਨਾਂ ਕਿਸੇ ਖਾਸ ਸਬੂਤ ਦੇ ਇੱਕ ਪੈਟਰਨ ਤਿਆਰ ਕੀਤਾ ਦੂਜਾ ਉਹਨਾਂ ਨੇ ਉਜਾਗਰ ਕੀਤਾ ਕਿ ਕੈਨੇਡਾ ਦੇ ਵਿੱਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਸ ਨੂੰ ਉਹਨਾਂ ਨੇ ਅਸਵੀਕਾਰਨਯੋਗ ਕਿਹਾ ਇਸ ਨਾਲ ਹੀ ਜੈਸਵਾਲ ਨੇ ਕਿਹਾ ਕਿ ਵਿਦੇਸ਼ ਮੰਤਰੀ ਦੁਆਰਾ ਉਜਾਗਰ ਕੀਤਾ ਗਿਆ ਤੀਜਾ ਨੁਕਤਾ ਇਹ ਸੀ ਕਿ ਭਾਰਤ ਵਿਰੋਧੀ ਤੱਤਾਂ ਨੂੰ ਕੈਨੇਡਾ ਦੇ ਵਿੱਚ ਸਿਆਸੀ ਥਾਂ ਦਿੱਤੀ ਗਈ ਸੀ ਇਸ ਲਈ ਤੁਸੀਂ ਇਹ ਸਿੱਟਾ ਕੱਢ ਸਕਦੇ ਹੋ ਕਿ ਕੈਨੇਡਾ ਨੇ ਆਸਟ੍ਰੇਲੀਆਈ ਚੈਨਲ ਨੂੰ ਕਿਉਂ ਬਲੌਕ ਕੀਤਾ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ